ਬ੍ਰਿਗੇਡੀਅਰ ਪ੍ਰੀਤਮ ਸਿੰਘ ਤੇ ਬਣੀ ਡਾਕੂਮੈਂਟਰੀ ਫਿਲਮ ਨੂੰ ਮਿਲਿਆ ਨੈਸ਼ਨਲ ਅਵਾਰਡ। ਸੜਕ ਹਾਦਸੇ ਤੋਂ ਬਾਅਦ ਗਾਇਕ ਤੇ ਲੇਖਕ ਜਾਨੀ ਨੇ ਕੀਤਾ ਰੱਬ ਦਾ ਧੰਨਵਾਦ। ਨੈਸ਼ਨਲ ਫਿਲਮ ਅਵਾਰਡ ਵਿੱਚ ਕਿਉਂ ਨਹੀਂ ਆਈ ਪੰਜਾਬੀ ਫਿਲਮ? ਸਰਗੁਣ ਮਹਿਤਾ ਨੇ ਚੁੱਕਿਆ ਸਵਾਲ ਤੇ ਗਾਇਕਾ ਰੁਪਿੰਦਰ ਹਾਂਡਾ ਪਹੁੰਚੀ ਮੂਸਾ ਪਿੰਡ। ਸਤਿ ਸ਼੍ਰੀ ਅਕਾਲ, ਮੈਂ ਹਾਂ ਤਾਇਰਾ ਤੇ ਇਸ ਹਫ਼ਤੇ ਮਨੋਰੰਜਨ ਜਗਤ ਵਿੱਚ ਵਾਪਰੀ ਹਰ ਅਹਿਮ ਖ਼ਬਰ ਮੈਂ ਤੁਹਾਡੇ ਅੱਗੇ ਪੇਸ਼ ਕਰਾਂਗੀ। 18ਵੇਂ ਨੈਸ਼ਨਲ ਫਿਲਮ ਅਵਾਰਡਸ ਦੇ ਵਿੱਚ ਬ੍ਰਿਗੇਡੀਅਰ ਪ੍ਰੀਤਮ ਸਿੰਘ ਤੇ ਬਣੀ ਡਾਕੂਮੈਂਟਰੀ ਨੂੰ ਬੈਸਟ ਇਨਵੈਸਟੀਗੇਟਿਵ ਫਿਲਮ ਦਾ ਅਵਾਰਡ ਮਿਲਿਆ। ਫਿਲਮ ਦਾ ਨਾਂ ਦ ਸੇਵੀਅਰ ਬ੍ਰਿਗੇਡੀਅਰ ਪ੍ਰੀਤਮ ਸਿੰਘ ਹੈ। ਕਰਨਵੀਰ ਸਿੰਘ ਸਿਬਿਆਲ ਅਤੇ ਡਾਕਟਰ ਪਰਮਜੀਤ ਸਿੰਘ ਕੱਟੂ ਨੇ ਇਸ ਦਾ ਨਿਰਮਾਣ ਤੇ ਨਿਰਦੇਸ਼ਨ ਕੀਤਾ ਹੈ। ਫਿਲਮ ਵਿੱਚ ਮੁੱਖ ਕਿਰਦਾਰ ਧਨਵੀਰ ਸਿੰਘ ਨੇ ਨਿਭਾਇਆ ਹੈ। ਬ੍ਰਿਗੇਡੀਅਰ ਪ੍ਰੀਤਮ ਸਿੰਘ 1937 ਦੇ ਵਿੱਚ ਭਾਰਤੀ ਫੌਜ ਵਿੱਚ ਕੈਪਟਨ ਸਨ। ਉਹ ਸਿੰਗਾਪੁਰ ਦੀ ਲੜਾਈ ਦੌਰਾਨ 1942 ਵਿੱਚ ਜ਼ਖਮੀ ਹੋਏ ਅਤੇ ਉਹਨਾਂ ਨੂੰ ਜੰਗੀ ਕੈਦੀ ਬਣਾ ਲਿਆ ਗਿਆ, ਪਰ ਉਹ ਜੰਗੀ ਕੈਦੀ ਕੈਂਪ ਵਿੱਚੋਂ ਆਪਣੇ ਦੋ ਸਾਥੀਆਂ ਸਮੇਤ ਭੱਜ ਨਿਕਲੇ। ਇਸ ਫਿਲਮ ਨੂੰ ਹੁਣ ਤੱਕ 15 ਫਿਲਮ ਫੈਸਟੀਵਲਸ ਵਿੱਚ ਸਨਮਾਨਿਤ ਕੀਤਾ ਜਾ ਚੁੱਕਿਆ। ਨੈਸ਼ਨਲ ਅਵਾਰਡਸ ਦੀ ਸੂਚੀ ਦੇ ਵਿੱਚ ਇਸ ਵਾਰ ਕਿਸੇ ਪੰਜਾਬੀ ਫੀਚਰ ਫਿਲਮ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਇਸ ਨੂੰ ਲੈ ਕੇ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਸਵਾਲ ਚੁੱਕਿਆ ਹੈ। ਸਰਗੁਣ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਦੇ ਵਿੱਚ ਲਿਖਿਆ ਕਿ ਪੰਜਾਬੀ ਫਿਲਮਾਂ ਨੂੰ ਵੀ ਸੂਚੀ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਕਿ ਨਹੀਂ। ਅਜਿਹਾ ਨਹੀਂ ਹੈ ਕਿ ਇਸ ਤੋਂ ਪਹਿਲਾਂ ਕਿਸੇ ਪੰਜਾਬੀ ਫਿਲਮ ਨੂੰ ਨੈਸ਼ਨਲ ਅਵਾਰਡ ਨਹੀਂ ਮਿਲਿਆ ਹੈ। ਐਮੀ ਵਿਰਕ ਦੀ ਫਿਲਮ ਹਰਜੀਤਾ ਅਤੇ ਤਰਸੇਮ ਜੱਸੜ ਦੀ ਰੱਬ ਦਾ ਰੇਡੀਓ 2 ਨੂੰ ਇਹ ਅਵਾਰਡ ਮਿਲ ਚੁੱਕੇ ਨੇ, ਪਰ ਇਸ ਵਾਰ ਸੂਚੀ ਵਿੱਚ ਕੋਈ ਵੀ ਪੰਜਾਬੀ ਫੀਚਰ ਫਿਲਮ ਨਹੀਂ ਆਈ ਹੈ। ਇਹਨਾਂ ਅਵਾਰਡਸ ਦੇ ਵਿੱਚ 2020 ਦੇ ਵਿੱਚ ਰਿਲੀਜ਼ ਹੋਈ ਫਿਲਮਾਂ ਨੂੰ ਸਨਮਾਨਿਤ ਕੀਤਾ ਗਿਆ। ਕੋਵਿਡ ਦੇ ਕਾਰਨ ਇਹ ਸੈਰੇਮਨੀ 2 ਸਾਲ ਬਾਅਦ ਹੋਈ ਹੈ। ਗਾਇਕ ਤੇ ਲੇਖਕ ਜਾਨੀ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਏ। ਉਹਨਾਂ ਦੀ ਗੱਡੀ ਮੋਹਾਲੀ ਵਿਖੇ ਪਲਟ ਗਈ। ਗੱਡੀ ਦੇ ਵਿੱਚ ਜਾਨੀ, ਉਹਨਾਂ ਦੇ ਦੋਸਤ ਤੇ ਡਰਾਈਵਰ ਮੌਜੂਦ ਸਨ। ਹਾਦਸਾ ਬੇਹੱਦ ਭਿਆਨਕ ਸੀ, ਪਰ ਕਿਸੇ ਨੂੰ ਵੀ ਜ਼ਿਆਦਾ ਸੱਟਾਂ ਨਹੀਂ ਆਈਆਂ। ਹਾਦਸੇ ਤੋਂ ਬਾਅਦ ਜਾਨੀ ਨੇ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨੂੰ ਜਾਣਕਾਰੀ ਦਿੱਤੀ। ਉਹਨਾਂ ਨੇ ਲਿਖਿਆ, ਰੱਬ ਦਾ ਸ਼ੁਕਰ ਹੈ ਕਿ ਗੱਡੀ ਵਿੱਚ ਮੌਜੂਦ ਸਾਰੇ ਜਣੇ ਬਿਲਕੁਲ ਠੀਕ ਹਨ। ਅਧਿਕਾਰੀ ਜਾਂਚ ਕਰ ਰਹੇ ਨੇ ਤੇ ਸਾਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਜਾਨੀ ਨੇ ਇਹ ਵੀ ਲਿਖਿਆ ਕਿ ਉਹਨਾਂ ਨੇ ਅੱਜ ਮੌਤ ਅਤੇ ਰੱਬ ਨੂੰ ਇਕੱਠੇ ਵੇਖ ਲਿਆ। ਸਿਰਫ ਹਲਕੀਆਂ ਸੱਟਾਂ ਲੱਗੀਆਂ ਨੇ, ਪਰ ਵਾਹਿਗੁਰੂ ਨੇ ਉਹਨਾਂ ਨੂੰ ਬਚਾ ਲਿਆ। ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਮੂਸਾ ਪਿੰਡ ਪਹੁੰਚੀ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਮੂਸੇਵਾਲਾ ਦੇ ਬੁੱਤ ਨਾਲ ਕਈ ਤਸਵੀਰਾਂ ਸਾਂਝੀ ਕੀਤੀਆਂ। ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਕਲਾਕਾਰ ਮੂਸਾ ਪਿੰਡ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਮਿਲਣ ਲਈ ਜਾ ਚੁੱਕੇ ਨੇ। ਪਿਛਲੇ ਹਫ਼ਤੇ ਗਿੱਪੀ ਅਤੇ ਉਹਨਾਂ ਦਾ ਪਰਿਵਾਰ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਪਹੁੰਚਿਆ ਸੀ। ਇਸ ਤੋਂ ਇਲਾਵਾ ਅਫਸਾਨਾ ਖਾਨ ਵੀ ਕੁਝ ਦਿਨ ਪਹਿਲਾਂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਮਿਲਣ ਲਈ ਪਹੁੰਚੀ ਸੀ। ਸੋ ਇਹ ਸੀ ਇਸ ਹਫ਼ਤੇ ਦਾ ਪੰਜਾਬੀ ਐਂਟਰਟੇਨਮੈਂਟ ਰੈਪ। ਹੁਣ ਮੈਨੂੰ ਦਿਓ ਇਜਾਜ਼ਤ। ਬਾਏ ਬਾਏ।